Calou de. Zanata disse que. Foi um buraco da sala e de EP. Quando a gente saiu e tinha. A disse. ਵੱਡੇ ਮੇਲੇ ਵਿੱਚ ਸ਼ਾਮਲ ਹੋਏ ਮੇਰੇ ਬਹੁਤ ਸਤਿਕਾਰਯੋਗ ਕਿਸਾਨ ਭਰਾਓ, ਵੀਰੋ, ਬਜ਼ੁਰਗੋ, ਪਿਆਰੇ ਬੱਚਿਓ, ਜੱਜ ਸਾਹਿਬਾਨ ਜਿਹੜੇ ਬਾਹਰੋਂ ਗੋਰੇ ਆਏ ਸਨ, ਉਹਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਹੈ। ਫਤਿਹ ਸਾਂਝੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੀ 60 ਸਾਲਾਂ ਦੀ ਉਮਰ ਹੋ ਗਈ ਸਤਿਕਾਰਯੋਗ ਭਰਾਓ, ਅਤੇ ਮੈਂ ਪਹਿਲੀ ਵਾਰ ਇਸ ਮੇਲੇ ਵਿੱਚ ਆਇਆ ਅਤੇ 17 ਸਾਲ ਹੋ ਗਏ ਇਹਨਾਂ ਨੂੰ ਪ੍ਰਕਾਸ਼ ਜੀ ਕਹਿੰਦੇ ਸਾਨੂੰ ਇਹ ਮੇਲਾ ਲਾਉਂਦਿਆਂ ਨੂੰ, ਜਿਹਦੇ ਨਾਲ ਕਿਸਾਨ ਭਰਾਵਾਂ ਵਿੱਚ ਸਾਡੇ ਬੱਚਿਆਂ ਵਿੱਚ ਜਿਵੇਂ ਇਹਨਾਂ ਨੇ ਕਿਹਾ ਕਿ ਬਾਹਰ ਜਾ ਕੇ ਵੀ ਕੋਈ ਜੀਵਨ ਸੁਖਾਲਾ ਨਹੀਂ, ਅਸੀਂ ਆਪਣੇ ਘਰੇ ਰਹਿ ਕੇ ਆਪਣੇ ਮਾਂ ਪਿਓ ਕੋਲ ਰਹਿ ਕੇ ਇੱਥੋਂ ਇੱਕ ਮੈਨੂੰ ਬਹੁਤ ਚੰਗਾ ਲੱਗਿਆ ਗੋਪੀ ਨਾਂ ਦਾ ਨੌਜਵਾਨ ਜਲੰਧਰ ਤੋਂ ਜਿਹਨੇ ਇਸ ਦੇਰੀ ਵਿੱਚੋਂ ਹੀ, ਉਹ ਕਹਿੰਦਾ 11 ਸਾਲ ਹੋ ਗਏ ਅਤੇ 11 ਕਿੱਲੇ ਜ਼ਮੀਨ ਬਣਾ ਲਈ ਔਰ 150 ਅੱਜ ਉਹਦੇ ਕੋਲ ਗਾਂ ਹੈ। ਘਰ ਦੀ ਜ਼ਮੀਨ 1.5 ਕਿੱਲਾ ਸੀ ਉਸ ਨੌਜਵਾਨ ਕੋਲ, ਉਹ ਦੂਸਰੀ ਖੇਤੀ ਵੀ ਕਰਨ ਦੇ ਉਹਨੇ ਯਤਨ ਕੀਤੀ। ਉਹਦਾ ਇਹਦੇ ਨਾਲੋਂ ਮੈਨੂੰ ਇਹ ਸ਼ੌਕ ਵੀ ਚੰਗਾ ਲੱਗਿਆ ਅਤੇ ਉਹਦੇ 'ਚ ਮੈਨੂੰ ਮੁਨਾਫਾ ਵੀ ਠੀਕ ਲੱਗਿਆ। ਸੋ ਜੇ ਇਸ ਤਰ੍ਹਾਂ ਅਸੀਂ ਸਾਰੇ, ਮੈਂ ਹਰ ਇੱਕ ਤਾਂ ਇਹ ਗੱਲ ਜ਼ਰੂਰ ਕਹਿੰਦਾ ਹੁਣ ਇੱਕ ਸਤਿਕਾਰਯੋਗ ਭਰਾਓ, ਆਪਣਾ ਪੰਜਾਬ ਛੋਟਾ ਜਿਹਾ, ਇਹਦੀ ਜ਼ਮੀਨ ਵੱਧ ਨਹੀਂ ਸਕਦੀ, ਘੱਟ ਰਹੀ ਹੈ, ਚਾਹੇ ਉਹ ਕਲੋਨੀਆਂ ਬਣ ਰਹੀਆਂ, ਕੋਈ ਫੈਕਟਰੀ ਲਾ ਲੈਂਦਾ, ਕੋਈ ਹੋਰ ਕਾਰੋਬਾਰੀ, ਕੋਈ ਜੇ ਆਪਣੇ ਖੇਤਾਂ ਵਿੱਚ ਆ ਕੇ ਘਰ ਵੀ ਪਾ ਲੈਂਦਾ, ਜ਼ਮੀਨ ਅਸੀਂ ਵਧਾ ਨਹੀਂ ਸਕਦੇ। ਸਾਡੇ ਕੋਲ ਇੱਕੋ ਇੱਕ ਧਨ ਹੈ ਜਿਹੜਾ ਸਾਨੂੰ ਸੁਰੱਖਿਅਤ ਰੱਖ ਸਕਦਾ ਹੈ, ਉਹ ਪਸ਼ੂ ਧਨ ਹੈ। ਮੈਨੂੰ ਪ੍ਰਧਾਨ ਜੀ ਜਦੋਂ ਕਹਿੰਦੇ ਸੀ, ਮੈਂ ਕਿਹਾ ਜੀ ਇਹ ਕੀ ਹੈ, ਸੁਣ ਕੇ ਮੈਨੂੰ ਚੰਗਾ ਵੀ ਲੱਗਿਆ, ਹੈਰਾਨਗੀ ਵੀ ਹੈ। ਸਵਾ ਮਣ ਤੋਂ ਲੈ ਕੇ 1.5 ਮਣ ਅਤੇ 1.25 ਮਣ ਤੱਕ ਦੀਆਂ ਗਾਈਆਂ ਨੇ ਇਸ ਮੁਕਾਬਲੇ ਵਿੱਚ ਦੁੱਧ ਦਿੱਤਾ ਹੈ। ਜੇ ਕਹਿ ਲਈਏ ਡਰਾਮਾ ਭਰ ਦਿੰਦੀਆਂ, ਤਾਂ ਜੀ ਕਹਿੰਦੇ ਵੀ ਆਉਂਦੇ ਸਾਲਾਂ ਤਾਂ ਹੀ ਅਸੀਂ 90-95 ਕਿੱਲੋ ਤੋਂ ਲੈ ਜਾਵਾਂਗੇ। ਅਸੀਂ ਆਪਣੇ ਹੀ ਘਰਾਂ ਵਿੱਚ ਰਹਿ ਕੇ, ਆਪਣੇ ਹੀ ਖੇਤਾਂ ਵਿੱਚ ਰਹਿ ਕੇ ਇਸ ਕਾਰੋਬਾਰ ਨੂੰ ਵਧਾ ਕੇ ਜਿੱਥੇ ਆਪਣਾ ਸਰਮਾਇਆ ਬਹੁਤ ਵਧਾ ਸਕਦੇ ਹਾਂ, ਜਿੱਥੇ ਆਪਣਾ ਜੀਵਨ ਬਹੁਤ ਸੌਖਾ ਕਰ ਸਕਦੇ ਹਾਂ, ਅਤੇ ਰਲ ਮਿਲ ਕੇ ਘਰ ਦੇ ਸਾਰੇ ਜੀ ਇਹਦੇ ਵਿੱਚ ਹਿੱਸਾ ਪਾ ਸਕਦੇ। ਅਸੀਂ ਪਹਿਲਾਂ ਬਹੁਤ ਹੀ ਤਰੱਕੀ ਨਹੀਂ ਕੀਤੀ ਸੀ, ਬਹੁਤ ਲੰਮਾ ਸਮਾਂ ਇੱਕ ਰਵਾਇਤੀ ਸੰਦਾਂ ਨਾਲ ਖੇਤੀ ਕਰਦੇ ਰਹੇ ਹਾਂ ਅਤੇ ਸੀਮਤ ਜਿਹਾ ਝਾੜ ਸੀ, ਪਰ ਜੀਵਨ ਸਤਿਕਾਰਯੋਗ ਬਜ਼ੁਰਗੋ ਵੀਰੋ ਭਰਾਓ ਤੋਂ ਸੌਖਾ ਸੀ। ਅਸੀਂ 5-5, 4-4 ਮਾਵਾਂ ਦੇ ਬੱਚੇ ਹੁੰਦੇ, ਭੈਣ ਭਰਾ ਉਹਨਾਂ ਨੂੰ ਪਾਲ ਲੈਂਦੀਆਂ ਸੀ, ਅਤੇ ਆ ਜਿਹੜੇ ਦੁੱਧ ਨੂੰ ਹੁਣ ਤਰਸਦੇ ਆ, ਨਕਲੀ ਦੀ ਗੱਲ ਚੱਲਦੀ ਹੈ, ਉਦੋਂ ਕਿਸੇ ਘਰ ਵਿੱਚ ਘਾਟਾ ਨਹੀਂ ਸੀ, ਚੂਰੀਆਂ ਵੀ ਖਾਂਦੇ ਸੀ ਅਤੇ ਦੁੱਧ ਵੀ ਰਜਮਾ ਪੀਣ ਨੂੰ ਮਿਲਦਾ ਸੀ। ਪਤਾ ਨਹੀਂ ਹੌਲੀ ਹੌਲੀ ਕਿਸ ਤਰ੍ਹਾਂ ਦੀ ਸਰਦਾਰੀ ਕਿਵੇਂ
ਪਹਿਲਾਂ ਤਾਂ ਲੋਕ ਇਹਨੂੰ ਪਸੰਦ ਕਰਨਾ ਹਟ ਗਏ, ਘਰ ਵਿੱਚ ਖੇਤੀਬਾੜੀ ਕਰਨ ਵਾਲੇ ਵੀ ਲੋਕ ਨੂੰ ਚੱਕੀ ਫਿਰਦੇ ਆ, ਜਿਹੜੀ ਮਾੜੀ ਗੱਲ। ਪਸ਼ੂ ਸਾਡਾ ਇੱਕ ਪਰਿਵਾਰਕ ਜੀਅ ਹੈ, ਉਹਦੇ ਨਾਲ ਮੋਹ ਪੈ ਜਾਂਦਾ। ਜਿਵੇਂ ਅੱਜ ਜਿਹੜੀਆਂ ਲੱਖਾਂ ਰੁਪਈਆਂ ਦੀਆਂ ਗਾਈਆਂ ਔਰ ਉਹਨਾਂ ਦੇ ਮਾਲਕ ਆਪਣੇ ਬੱਚਿਆਂ ਨਾਲੋਂ ਜ਼ਿਆਦਾ ਪਿਆਰਦੇ ਹੋਏ ਇੱਧਰ ਨੂੰ ਲੈ ਕੇ ਆਏ ਸੀ, ਇਸਨੂੰ ਨਾਮ ਲੈਣ ਲਈ ਆਏ। ਮੈਂ ਉਹਨਾਂ ਸਾਰੇ ਪਰਿਵਾਰਾਂ ਨੂੰ, ਉਹਨਾਂ ਪਿਆਰੇ ਵੀਰਾਂ ਨੂੰ ਆਪਣੇ ਦਿਲੋਂ ਸਰਕਾਰ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਦੇ, ਮੈਂ ਖੇਤੀਬਾੜੀ ਮੰਤਰੀ ਆਪਣੇ ਵੱਲੋਂ ਬਹੁਤ ਬਹੁਤ ਮੁਬਾਰਕ ਦਿੰਦਾ। ਪ੍ਰਧਾਨ ਜੀ ਹੋਰਾਂ ਨੇ ਕਿਹਾ ਸੀ ਕਿ ਜਿਹੜਾ ਨਕਲੀ ਦੁੱਧ ਹੈ, ਮੈਂ ਵੀ ਤੁਹਾਡੇ ਵਿੱਚੋਂ ਰਹਿੰਦਾ, ਪਰ ਮੈਂ ਇੱਕ ਗੱਲ ਤੁਹਾਡੇ ਨਾਲ ਗਰੰਟੀ ਕਰਦਾ, ਮੈਂ ਕਿਸੇ ਨਾਲ ਰਲਦਾ ਨਹੀਂ ਭਰਾ। ਮੇਰੇ ਵਾਸਤੇ ਕੋਈ ਆਦੇ ਜਦੋਂ ਮੈਨੂੰ ਕੋਈ ਨੁਕਸ ਦਿਸਦਾ ਹੈ ਤੇ ਮੈਂ ਆਪਣੇ ਮਹਿਕ ਵਿੱਚ ਸਾਰਿਆਂ ਨੂੰ ਪਤਾ, ਉੱਥੇ ਮੇਰੇ ਵੱਲੋਂ ਨਹੀਂ ਕੋਈ ਇਹੋ ਜਿਹਾ ਸਮਝੌਤਾ ਹੁੰਦਾ। ਮੈਂ ਜਿਹੜੀ ਗੱਲ ਕੀਤੀ ਸੀ, ਸ਼ਾਇਦ ਵਿਧਾਨ ਸਭਾ ਵਿੱਚ ਇਹ ਮਤਾ ਵੀ ਲਿਆਂਦਾ ਜਾਊਗਾ ਵੀ ਇੱਕੋ ਸਿਹਤ ਵਿਭਾਗ ਆ ਜਿਹੜਾ ਉਹ ਦੁੱਧ ਤੇ ਨਿਗਰਾਨੀ ਜਾਂ ਖਾਣ ਪੀਣ ਵਾਲੀਆਂ ਚੀਜ਼ਾਂ ਤੇ ਨਿਗਰਾਨੀ ਰੱਖਦਾ। ਤੇ ਜੰਮੇ ਜਾਏ ਤਾਂ ਸਾਡੇ ਹੀ ਉਹ ਕਿਹੜਾ ਆ ਗੋਰੇ ਤਾਂ ਨਹੀਂ ਜਿਹੜੇ ਵਿਚਾਰੇ ਹੋਏ ਸੀ, ਉਹ ਜਿਹੜੇ ਇਹਨਾਂ ਨੂੰ ਚੈੱਕਅਪ ਕਰਨਾ ਹੁੰਦਾ, ਟੈਸਟ ਕਰਨਾ ਹੁੰਦਾ, ਪਤਾ ਨਹੀਂ ਕਿੱਧਰ ਕੀ ਆਪਣੀ ਸੀਟੀ ਲੜਾ ਲੈਂਦੇ ਆ। ਪ੍ਰਧਾਨ ਜੀ ਹੋਰਾਂ ਨੇ ਕਿਹਾ ਵੀ ਅਸੀਂ ਫੜਾਇਆ, ਔਰ ਗੱਲ ਬਹੁਤ ਮਾੜੀ ਹੈ ਵੀ ਜਗਮੋਹਨ ਕੌਰ ਇੱਕ ਗਾਇਕ ਸੀ ਆਪਣੇ ਪੰਜਾਬ ਦੀ, ਗਾਇਆ ਕਰਦੀ ਸੀ ਉਹ ਵੀ ਇੱਥੇ ਹਰ ਇੱਕ ਚੀਜ਼ ਨਕਲੀ ਹੈ, ਇੱਥੇ ਦੁੱਧ ਵੀ ਨਕਲੀ ਹੈ, ਇੱਥੇ ਘਿਓ ਵੀ ਨਕਲੀ ਹੈ, ਜਿਹੜਾ ਮਿਲਾਵਟ ਕਰ ਰਿਹਾ ਉਹਦੀ ਮਾਂ ਵੀ ਨਕਲੀ ਹੈ ਤੇ ਉਹਦਾ ਪਿਓ ਵੀ ਨਕਲੀ ਹੈ। ਇੱਥੇ ਇਹੀ ਸਮਝੌਤਾ ਹੋ ਸਕਦਾ ਵੀ ਉਦੋਂ ਆਪਣੇ ਮਾਂ ਪਿਓ 'ਤੇ ਵੀ ਸ਼ੱਕ ਹੋ ਸਕਦਾ ਜਿਹੜਾ ਇਨਸਾਨੀਅਤ ਨਾਲ ਐਡਾ ਵੱਡਾ ਧੋਖਾ ਕਰਦਾ, ਕਿਸੇ ਦਾ ਕਤਲ ਕਰ ਦੇਣਾ, ਗੋਲੀ ਮਾਰ ਦੇਣੀ, ਇੱਕ ਬੰਦੇ ਨੂੰ ਬੰਦਾ ਮਾਰ ਦਿੰਦਾ, ਉਹਨੂੰ ਕੈਦ ਕੱਟਣੀ ਪੈਂਦੀ ਹੈ, ਉਹਨੂੰ ਹੋ ਸਕਦਾ ਫਾਂਸੀ ਵੀ ਹੋ ਜਾਂਦੀ ਹੈ। ਤੋ ਯਾਰ ਇਹ ਹਜ਼ਾਰਾਂ ਲੋਕਾਂ ਨੂੰ ਲੋਕ ਮਾਰਦੇ ਫਿਰਦੇ ਆ ਔਰ ਫਿਰ ਵੀ ਸਮਾਜ ਵਿੱਚ ਆਪਣਾ ਨਾਮ ਵੱਡਾ ਬਣਾਈ ਜਾਂਦੇ ਆ, ਜਿਹੜਾ ਦੁੱਖ ਹੈ। ਜਿਵੇਂ ਪ੍ਰਧਾਨ ਜੀ ਹੋਰ ਨੇ ਕਿਹਾ ਵੀ ਤੁਸੀਂ ਵਾਅਦਾ ਕਰਕੇ ਜਾਓ, ਮੇਰਾ ਤਾਂ ਤੁਹਾਡੇ ਨਾਲ ਪਹਿਲਾਂ ਵੀ ਵਾਅਦਾ ਹੁਣ ਵੀ ਹੈ। ਉਹੀ ਬੰਦ ਕਰ ਦਿਓ ਜਿਹੜਾ ਸਭ ਤੋਂ ਵੱਧ ਜਿਹੜਾ ਨਕਲੀ ਪਨੀਰ ਆ, 99% 95% ਨਕਲੀ ਪਨੀਰ ਆ ਰਿਹਾ ਜੀ ਮਾਰਕੀਟ ਦੇ ਵਿੱਚ। ਤੁਸੀਂ ਜਿਹੜੇ ਵਿਆਹ ਤੇ ਸ਼ਗਨ ਦੇ ਕੇ ਆਏ ਹੋ, ਜੇ ਜੀ ਪਨੀਰ ਖਾਧਾ ਉਹ ਤਾਂ ਨਕਲੀ ਖਾ ਕੇ ਆਏ ਹੋ, ਇਹ ਪੱਕੀ ਗੱਲ ਆ। ਕਿਉਂਕਿ ਜਿੰਨੇ ਵਿਆਹ ਦੇ ਵਿੱਚ ਜਿੰਨੇ ਪ੍ਰੋਗਰਾਮਾਂ 'ਚ ਆਪਾਂ ਪਿੰਡਾਂ ਵਾਲੇ ਵੀ ਜਿੰਨੇ ਕੈਟਰਿੰਗ ਕਰਦੇ ਆ, ਉਹ ਕੈਟਰਿੰਗ ਨੂੰ ਆਪਾਂ ਕਹਿ ਦਿੰਦੇ ਹਾਂ ਯਾਰ ਪਨੀਰ ਲੈ ਆਈ, ਆਪਾਂ ਦੁੱਧ ਨਹੀਂ ਲੈਂਦੇ, ਉਹ ਕਹਿੰਦੇ ਦੁੱਧ ਦਾ ਪ੍ਰਬੰਧ ਕਿੱਥੋਂ ਕਰਾਂਗੇ, ਉਹਨੇ ਦੁੱਧ ਵਾਲਾ ਪਨੀਰ ਤਾਂ 450 ਪੈਣਾ, ਜਿਹੜਾ ਕੈਟਰਿੰਗ ਤੁਹਾਨੂੰ ਉਹੀ ਪਨੀਰ 250 ਦੇ ਦਿੰਦਾ ਜੀ। ਇਸ ਕਰਕੇ ਸਾਰਿਆਂ ਨੂੰ ਵੱਧ ਵੱਧ ਪਨੀਰ 'ਚ ਲੱਗਦਾ, ਘਿਓ ਨਕਲੀ, ਪਨੀਰ ਨਕਲੀ, ਹੋਰ ਪ੍ਰੋਡਕਟ ਨਕਲੀ। ਅੱਗੇ ਆਪਾਂ ਕਹਿੰਦੇ ਹੁੰਦੇ ਸੀ ਕਿ ਹਲਵਾਈ ਜੀ ਕਿੰਨਾ ਦੁੱਧ ਲੈਂਦਾ, ਉਹ ਕਹਿੰਦੇ ਆ ਸਾਡੇ ਕਸਬੇ ਵਾਲਾ ਹਲਵਾਈ ਆ, ਇਹ 20 ਕੁਇੰਟਲ ਦੁੱਧ ਲੈਂਦਾ। ਉਹੀ ਹਲਵਾਈ ਹੁਣ 20 ਕਿਲੋ ਦੁੱਧ ਮਸਾ ਲੈਂਦਾ ਹੋਊਗਾ, ਕਿਉਂਕਿ ਉਹਨੂੰ ਖੋਆ ਵੀ ਬਣਿਆ ਬਣਾਇਆ ਨਕਲੀ ਆ ਰਿਹਾ, ਉਹਦੇ ਕੋਲ ਪਨੀਰ ਵੀ ਨਕਲੀ ਆ ਰਿਹਾ, ਉਹ ਸਭ ਕੁਝ ਬਣਿਆ ਬਣਾਇਆ ਲੈ ਰਿਹਾ, ਉਹ ਆਪਦਾ ਖੱਟਣਾ ਤਾਂ ਚੁਣਾ ਹੀ ਭੁੱਲ ਗਿਆ। ਇਸ ਕਰਕੇ ਮੈਂ ਮੰਤਰੀ ਸਾਹਿਬ ਨੂੰ ਕਹਿੰਦਾ ਵੀ ਕ੍ਰਾਂਤੀ ਆਈ ਹੋਈ ਆ ਪੰਜਾਬ ਦੇ ਵਿੱਚ ਡੇਅਰੀ ਦੀ, ਪੰਜਾਬ ਦਾ ਡੇਅਰੀ ਫਾਰਮਰ ਅੱਜ ਸਾਰੇ ਹਿੰਦੁਸਤਾਨ ਨੂੰ ਗਾਈਆਂ ਵੇਚਦਾ। ਪੰਜਾਬ ਇਹ ਜਿਹੀ ਸਟੇਟ ਆ ਜਿਹੜੀ 50% ਇਕੱਲੀ ਕਮਰਸ਼ੀਅਲ ਡੇਅਰੀ ਫਾਰਮਿੰਗ ਪੰਜਾਬ 'ਚ ਆ, 50% ਸਾਰੇ ਹਿੰਦੁਸਤਾਨ 'ਚ ਆ।
ਇਸ ਕਰਕੇ ਮੈਂ ਮੰਤਰੀ ਜੀ ਨੂੰ ਕਹਿੰਦਾ ਕਿ ਤੁਸੀਂ ਇੰਨਾ ਕੰਮ ਕਰਦੇ ਹੋ ਜੀ, ਤੁਸੀਂ ਘੱਟੋ ਘੱਟ ਹੈਲਥ ਵਾਲਿਆਂ ਨੂੰ ਕਹਿ ਕੇ ਦੇਣ ਵਾਲੀਆਂ ਗਾਵਾਂ ਜਿਹਨਾਂ ਦੇ ਇੱਥੇ ਦਰਸ਼ਨ ਕੀਤੇ ਆ, ਮੈਨੂੰ ਬਹੁਤ ਚੰਗਾ ਲੱਗਿਆ। 10 ਗਾਵਾਂ ਨੂੰ ਇਹਦੇ ਵਿੱਚ ਇਨਾਮ ਦਿੱਤਾ ਗਿਆ। ਉਹਨਾਂ ਮਾਲਕਾਂ ਨੂੰ, ਉਹਨਾਂ ਪਸ਼ੂ ਪਾਲਕਾਂ ਨੂੰ ਬਹੁਤ ਬਹੁਤ ਮੁਬਾਰਕ। ਅਸੀਂ ਪੰਜਾਬ ਵਾਸੀ, ਸਾਡੇ ਕੋਲ ਵਾਤਾਵਰਨ ਵਧੀਆ, ਥੋੜ੍ਹੀ ਜਿਹੀ ਮਿਹਨਤ ਵੱਲ ਆਈਏ ਤਾਂ ਸਾਨੂੰ ਕਿਸੇ ਪਾਸੇ ਹੋਰ ਝਾਕਣ ਦੀ ਲੋੜ ਨਹੀਂ। ਸੋ ਇਸ ਤਰ੍ਹਾਂ ਦੇ ਸ਼ਾਨਦਾਰ ਜਾਨਵਰ ਹੈ ਜਿਹਨਾਂ ਕੋਲ, ਉਹਨਾਂ ਦੀ ਆਪਣੀ ਸਰਦਾਰੀ ਹੈ, ਉਹਨਾਂ ਦੀ ਆਪਣੀ ਬਹੁਤ ਵੱਡਾ ਸਰਮਾਇਆ। ਸਾਨੂੰ ਜੇ ਮੈਂ ਕਹਾਂ ਬਾਹਰਲੇ ਮੁਲਕਾਂ ਵੱਲ ਵੀ ਬਹੁਤਾ ਉੱਥੇ ਵੀ ਆਮਦਨ ਨਹੀਂ, ਜੇ ਅਸੀਂ ਇੱਥੇ ਆਪਣੇ ਕੰਮ ਨੂੰ, ਦੇਖੋ ਇੱਕ ਕਮਾਈ ਅਤੇ ਦੂਜੀ ਕਿਰਸ, ਇਹ ਬੰਦੇ ਨੂੰ ਅੱਗੇ ਲੈ ਕੇ ਜਾਂਦੀ ਹੈ। ਇਧਰਲੇ ਪਾਸੇ ਜਿਹੜੇ ਭਰਾ ਧਿਆਨ ਦੇ ਰਹੇ ਆ, ਉਹਨਾਂ ਨੇ ਬਹੁਤ ਹੀ ਆਪਣਾ ਨਾਮਣਾ ਵੀ ਖੱਟਿਆ ਔਰ ਆਪਣਾ ਸਰਮਾਇਆ ਵੀ ਵਧਾਇਆ। ਮੈਂ ਸਾਰਿਆਂ ਨੂੰ ਅੱਜ ਦੇ ਦਿਨ ਦੀ ਬਹੁਤ ਬਹੁਤ ਮੁਬਾਰਕ ਦਿੰਦਾ। ਮੈਂ ਇਹਨਾਂ ਪ੍ਰਧਾਨ ਜੀ ਨੂੰ, ਸਾਰੇ PDF ਵਾਲਿਆਂ ਨੂੰ, ਸਾਰਿਆਂ ਨੂੰ ਇਸ ਗੱਲ ਦੀ ਮੁਬਾਰਕ ਦਿੰਦਾ ਔਰ ਇਹਨਾਂ ਦੀ ਸ਼ਲਾਘਾ ਕਰਦਾ ਕਿ ਇਹਨਾਂ ਨੇ ਜਿਹੜਾ, ਕਿਉਂਕਿ ਮੁਕਾਬਲੇ ਵਿੱਚ ਜਦੋਂ ਅਸੀਂ ਆ ਜਾਈਏ ਤਾਂ ਫਿਰ ਉਹ ਅਸੀਂ ਪਸ਼ੂਆਂ ਨੂੰ ਚੰਗੀ ਤਰ੍ਹਾਂ ਸਾਂਭਣ ਲੱਗ ਜਾਂਦੇ। ਸਰ ਲੱਗਦਾ ਵਾ ਕਿ ਇਸ ਵੇਲੇ ਜਿਹੜਾ PDF ਜਾਂ ਦੁੱਧ ਜਿਹੜੇ ਵੇਚਣ ਵਾਲੇ ਹੈਗੇ ਨੇ ਜਾਂ ਦੁੱਧ ਦਾ ਕੰਮ ਕਰਨ ਵਾਲੇ, ਉਹ ਕਾਫੀ ਲੋਸ 'ਚ ਜਾ ਰਹੇ ਨੇ। ਉਹਨਾਂ ਦਾ ਕਹਿਣਾ ਵਾ ਕਿ ਮਿਲਾਵਟੀ ਦੁੱਧ ਕਿਤੇ ਵੀ ਬੰਦ ਨਹੀਂ ਹੋ ਰਿਹਾ ਵਾ। ਲੱਗਦਾ ਵਾ ਕਿ ਇਸ ਦੇ ਉੱਤੇ ਇਸ ਵੇਲੇ ਐਕਸ਼ਨ ਲੈਣ ਦੀ ਜ਼ਰੂਰਤ ਹੈਗੀ? ਐਕਸ਼ਨ ਦੀ ਸਮੇਂ ਸਮੇਂ ਦਾ ਲਿਆ ਵੀ ਜਾਂਦਾ, ਪਰ ਜਦੋਂ ਲੋਕ ਆਪਣੇ ਨੈਤਿਕਤਾ ਤੋਂ, ਇਨਸਾਨੀਅਤ ਤੋਂ ਗਿਰ ਜਾਣ, ਉਹਨਾਂ ਦਾ ਇਲਾਜ ਕਰਨਾ ਬਹੁਤ ਔਖਾ ਹੋਇਆ ਪਿਆ। ਸੋ ਖਾਣ ਪੀਣ ਵਾਲੀਆਂ ਚੀਜ਼ਾਂ 'ਚ ਮਿਲਾਵਟ ਕਰਨਾ, ਉਹਨੂੰ ਬਣਾਉਟੀ ਤੌਰ 'ਤੇ ਬਣਾਉਣਾ, ਇਹਦਾ ਬਹੁਤ ਵੱਡਾ ਧੋਖਾ ਹੈ। ਕਦੇ ਵੀ ਪੈਸਾ ਕਿਸੇ ਨਾਲ ਵੀ ਨਹੀਂ ਜਾਂਦਾ। ਅਸੀਂ ਜਿਸ ਮੁਲਕ ਵਿੱਚ ਜਿੱਥੇ ਰਹਿੰਦੇ ਹਾਂ, ਉੱਥੇ ਦੇ ਲੋਕਾਂ ਦੀ ਵੀ ਸੁੱਖ ਮੰਗਣੀ ਚਾਹੀਦੀ ਹੈ, ਅਤੇ ਸਰਕਾਰ ਵੱਲੋਂ ਵੀ ਜੇ ਕੋਈ ਇਹੋ ਜਿਹੀ ਗੱਲ ਕਿਤੇ ਹੋਵੇ
ਉਹ ਸਾਡੇ ਵੱਲੋਂ ਸਖਤੀ ਕੀਤੀ ਜਾ। ਲੋਕਾਂ ਨੂੰ ਅਪੀਲ ਹੈ ਕਿ ਦੱਸਣ? ਨਹੀਂ, ਲੋਕਾਂ ਨੂੰ ਤਾਂ ਅਪੀਲ ਹੈ, ਲੋਕਾਂ ਨੂੰ ਅਪੀਲ ਇਹ ਹੈ ਕਿ ਅਸੀਂ ਰਲ ਮਿਲ ਕੇ ਕੋਈ ਵੀ ਬੁਰਾਈ ਹੁੰਦੀ ਹੈ ਉਹਦੇ ਸਮਾਜ ਪਹਿਲਾਂ ਆਉਂਦਾ ਹੈ, ਨਾਲ ਸਰਕਾਰ, ਨਾਲ ਦੂਸਰੀਆਂ ਜਥੇਬੰਦੀਆਂ ਵੀ ਉਹਨਾਂ ਦਾ ਸਾਥ ਦੇਣ ਲਈ ਤਿਆਰ ਹੁੰਦੀਆਂ। ਸਰਕਾਰ ਦਾ ਫਰਜ਼ ਬਣਦਾ, ਪਰ ਸਰਕਾਰ ਨੂੰ ਨਿਸ਼ਾਨਦੇਹੀ ਹਰਕਤਾਂ ਕਰਨੀ ਵੀ ਮੁਸ਼ਕਲ ਆ ਜਾਂਦੀ ਹੈ। ਉੱਥੇ ਆਪਣੇ ਆਪਣੇ ਲੋਕ, ਆਪਣਾ ਸਮਾਜ ਨਿਸ਼ਾਨਦੇਹੀ ਕਰਵਾ ਸਕਦੇ। ਸਰ, ਜਿਹੜੇ ਦੁੱਧ ਦਾ ਕੰਮ ਕਰਦੇ ਨੇ, ਪਸ਼ੂ ਪਾਲਣ ਕਰਦੇ, ਇਹਨਾਂ ਵਾਸਤੇ ਪੰਜਾਬ ਸਰਕਾਰ ਕੁਛ ਸੋਚਿਆ ਜਾ ਰਿਹਾ, ਕੁਛ ਨਵੀਂ ਸਕੀਮਾਂ ਲੈਂਦੀ ਜਾ ਰਹੀ? ਦੇਖੋ, ਇਹਦੇ ਵਾਸਤੇ ਜਿਵੇਂ ਮੇਰਾ ਮਹਿਕਮਾ ਪਸ਼ੂ ਪਾਲਣ ਤੋਂ ਜਿਵੇਂ ਜੋ ਵੀ ਵੈਕਸੀਨ ਵਗੈਰਾ, ਜੋ ਦਵਾਈਆਂ, ਜੋ ਲੋੜ ਹੈ ਉਸ ਵਾਸਤੇ, ਅੱਗੇ ਤਾਂ ਮੈਨੂੰ ਪਤਾ ਨਹੀਂ, ਮੈਂ ਆਪਣੇ ਵੱਲੋਂ ਪੂਰਾ ਜੋ। ਭਾਰਤ ਸਰਕਾਰ ਤੋਂ ਮਾਨਤਾ ਪ੍ਰਾਪਤ ਚੈਨਲ ਪੰਜਾਬੀ ਸਟੇਸ਼ਨ ਨੂੰ ਵੱਖ-ਵੱਖ ਸ਼ਹਿਰਾਂ ਅਤੇ ਕਸਬਿਆਂ ਤੋਂ ਪੱਤਰਕਾਰਾਂ ਦੀ ਤੁਰੰਤ ਲੋੜ ਹੈ। ਸੰਪਰਕ ਕਰੋ।